ਏਵਨ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਨਵਜੋਤ ਕੋ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਰਾਜਨੀਤੀ ਇੱਕ ਸਮਾਜ ਸੇਵਾ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਜਲੰਧਰ ਦੇ ਪਿੰਡ ਸੈਦੋਵਾਲ ਵਿਖੇ ਸਰਪੰਚ ਸਾਹਿਬ ਕਮਲਜੀਤ ਸਿੰਘ ਜੀ ਦੇ ਘਰ ਤੇ ਆਉ ਕਰਦੇ ਹਾਂ ਉਹਨਾਂ ਨਾਲ ਕੁਝ ਗੱਲਾਂ ਪਿੰਡ ਬਾਰੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਡਮ ਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਪਿੰਡ ਬਾਰੇ ਮੈਂ ਵੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਦਾ ਧੰਨਵਾਦੀ ਹੋਵਾਂਗਾ ਜਿਨ੍ਹਾਂ ਨੇ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕੀਤਾ ਕਿ ਤੁਸੀਂ ਮੇਰੇ ਕੋਲ ਆਣ ਕੇ ਪਿੰਡ ਬਾਰੇ ਕੋਈ ਗੱਲਬਾਤ ਪੁੱਛਣ ਲੱਗੇ ਹੋ ਜੋ ਜੇ ਪਿੰਡ ਬਾਰੇ ਮੈਂ ਤੁਹਾਨੂੰ ਗੱਲ ਕਹਾਂ ਤਾਂ ਸਭ ਤੋਂ ਪਹਿਲਾਂ ਗੱਲ ਹੈ ਕਿ ਮੇਰਾ ਪਿੰਡ ਬਹੁਤ ਹੀ ਵਧੀਆ ਹੈ ਹਰ ਪਾਸਿਓਂ ਇੱਥੇ ਕੋਈ ਵੀ ਇਹੋ ਜਿਹਾ ਕੋਈ ਲੜਾਈ ਝਗੜਾ ਮੇਰੀ ਜ਼ਿੰਦਗੀ ਦੇ ਵਿੱਚ ਨਜ਼ਰ ਹੈਗੀ ਆ ਨਾ ਹੀ ਕਦੀ ਹੋਇਆ ਤੇ ਨਾ ਮੈਨੂੰ ਲੱਗਦਾ ਕਦੀ ਹੋਊਗਾ ਕਿ ਬਾਕੀ ਵਿਕਾਸ ਬਾਰੇ ਆ ਕਿ ਜਿਸ ਤਰ੍ਹਾਂ ਸਾਡ ਨੂੰ ਜਿੱਦਾਂ ਅਸੀਂ ਇਲੈਕਸ਼ਨਤ ਕੀ ਹੋਈ ਆ ਕਿ ਹੌਲੀ ਹੌਲੀ ਵਿਕਾਸ ਵੱਲ ਅਸੀਂ ਵਧੇ ਆ ਆਪਣੇ ਤੋਂ ਪੰਚਾਇਤ ਬਣਨ ਤੋਂ ਪਹਿਲਾਂ ਅਸੀਂ ਇਸ ਪਿੰਡ ਦੇ ਵਿੱਚ ਇੱਕ ਪ੍ਰਾਤਨ ਖੂਈ ਸੀਗੀ ਸਾਡੀ ਅਸੀਂ ਉਹਨੂੰ ਬਹੁਤ ਸੋਹਣਾ ਵਧੀਆ ਬਣਾਇਆ 16 ਲਾਈਟਾਂ ਦਾ ਪ੍ਰਾਲਾ ਕੀਤਾ ਜਿਹੜਾ ਕਿ ਸਾਨੂੰ ਆਣ ਕੇ ਹੁਣ ਮਹੀਨੇ ਦੇ 8-9 ਮਹੀਨੇ ਬਾਅਦ ਵਿੱਚ 16 ਲਾਈਟਾਂ ਸਾਡੇ ਪਿੰਡ ਲੱਗ ਗਈਆਂ ਕਿ ਸਾਡੇ ਪਿੰਡ ਦੇ ਵਿੱਚ ਇੱਕ ਮੁੱਖ ਦਰਵਾਜ਼ਾ ਬਣਿਆ ਹੋਇਆ ਸੀ ਜਿਹਦੀ ਕਿ 40 ਸਾਲ ਤੋਂ ਮੁਰੰਮਤ ਹੋਣ ਤੋਂ ਮੰਗਦੀ ਸੀ ਅਸੀਂ ਉਹ ਵੀ ਤਿਆਰ ਕੀਤੀ ਆ ਔਰ ਇਸ ਸਾਰਾ ਕੁਝ ਜੋ ਵੀ ਅਸੀਂ ਜਿੰਨਾ ਮਗਾ ਸੁਣ ਕੀਤਾ ਜਾਂ ਹੋਰ ਕਰਨਾ ਸਾਡੇ ਐਨਆਰਵੀ ਗਰੁੱਪ ਜਿਹੜੇ ਹੈਗੇ ਆ ਅਸੀਂ ਉਹਨਾਂ ਦੀ ਮਦਦ ਨਾ ਕਰ ਰਹੇ ਆ ਕਿ ਸਾਨੂੰ ਉਹਨਾਂ ਤੇ ਬਹੁਤ ਮਾਣ ਹੈ ਤੇ ਅਸੀਂ ਅੱਗੇ ਵੀ ਉਹਨਾਂ ਦੀ ਮਦਦ ਲਵਾਗੇ ਹੁਣ ਤੱਕ ਵੀ ਅਸੀਂ ਉਹਨਾਂ ਦੀ ਮਦਦ ਲਵਾਗੇ ਜੀ ਠੀਕ ਹੈ ਤੇ ਸਰ ਜਿਸ ਤਰ੍ਹਾਂ ਕਿ ਤੁਸੀਂ ਆਉਣ ਵਾਲੇ ਫਿਊਚਰ ਚ ਆਪਣੇ ਪਿੰਡ ਬਾਰੇ ਕੀ ਸੋਚਿਆ ਤੇ ਕੀ ਕਰਨਾ ਚਾਹੁੰਦੇ ਹੋ ਤੁਸੀਂ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੀ ਗੱਲ ਹੈ ਜੀ ਮੈਂ ਤੁਹਾਨੂੰ ਦੱਸ ਦਤਾਂ ਕਿ ਸਾਨੂੰ ਜਦੋਂ ਪੰਚਾਇਤ ਬਣਨ ਤੋਂ ਬਾਅਦ ਐਂਟਰਲੌਕ ਦੇ ਲਈ ਗ੍ਰਾਂਟ ਮਿਲ ਚੁੱਕੀ 4 ਲੱਖ ਰੁਪਏ ਦੀ ਪਰ ਉਸ ਤੋਂ ਪਹਿਲਾਂ ਜੋ ਸਾਡਾ ਆਪਣਾ ਇੱਕ ਪ੍ਰੋਜੈਕਟ ਹੈਗਾ ਸਾਡੇ ਪਿੰਡ ਦੇ ਵਿੱਚ ਅਸੀਂ ਆਪਣਾ ਇੱਕ ਸੀਵਰੇਜ ਪਾਉਣਾ ਚਾਹੁੰਦੇ ਆ ਜੋ ਕਿ ਸਾਡੀ ਐਨ ਆਰ ਆਈਜ਼ ਦੇ ਨਾਲ ਗੱਲਬਾਤ ਹੋ ਚੁੱਕੀ ਆ ਉਮੀਦ ਆ ਕਿ 6 ਮਹੀਨੇ ਤੱਕ ਉਹ ਸ਼ੁਰੂ ਕਰ ਦੇਣਾ ਤੇ ਉਹਦੇ ਨਾਲ ਸਾਡਾ ਸਿਸਟਮ ਇਹ ਹੈ ਕਿ ਜਿਹੜਾ ਅਸੀਂ ਪਿੰਡ ਤੋਂ ਛੱਪੜਾਂ ਦਾ ਪਾਣੀ ਆ ਜੋ ਵੀ ਗੰਦਾ ਅਸੀਂ ਬਾਹਰ ਕੱਢਣਾ ਹੈ ਤੇ ਅਸੀਂ ਜਿਹੜੇ ਛੱਪੜ ਪੂਰਨੇ ਆ ਉਹਨਾਂ ਦੇ ਵਿੱਚ ਇੱਕ ਬਹੁਤ ਸੋਹਣੀ ਆ ਪਾਰਕਿੰਗ ਬਣਾਵਾਂਗੇ ਐਂਟਲੌਕ ਵਗੈਰਾ ਲਾ ਕੇ ਘਰ ਲਾ ਕੇ ਉਹਨਾਂ ਦੇ ਵਿੱਚ ਅਸੀਂ ਬੱਚਿਆਂ ਝੂਲਣ ਦੇ ਲਈ ਝੂਲੇ ਲਾਵਾਂਗੇ ਪਿੰਗਾ ਜਿਸ ਤਰ੍ਹਾਂ ਦਾ ਹੋਇਆ ਆਪਣੇ ਵੱਲੋਂ ਬਹੁਤ ਵਧੀਆ ਕਰਾਂਗੇ ਜਿਹੜਾ ਕਿ ਆਉਣ ਵਾਲੇ ਸਮਾਜ ਦੇ ਲਈ ਜਾਂ ਸਮੇਂ ਦੇ ਲਈ ਬਹੁਤ ਹੀ ਵਧੀਆ ਹੋਊਗਾ ਸਿਹਤ ਹੋਏਗੀ ਸਿਹਤਮੰਦ ਹੈ ਇੱਕ ਪਿੰਡ ਨੂੰ ਇੱਕ ਸਿਹਤਯਾਬਤਾ ਪਿੰਡ ਬਣਾਉਣਾ ਚਾਹੁੰਨੇ ਆ ਜੀ ਬਹੁਤ ਵਧੀਆ ਸੋਚ ਸਰ ਤੁਹਾਡੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਸਰ ਤੁਸੀਂ ਪਿੰਡ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਪਿੰਡ ਦੇ ਨੌਜਵਾਨਾਂ ਨੂੰ ਮੈਂ ਇਹ ਕਹਿਣਾ ਚਾਹੁੰਨਾ ਵੈਸੇ ਪਹਿਲਾਂ ਵੀ ਮੈਂ ਜੇ ਤੁਹਾਨੂੰ ਸੱਚੀ ਗੱਲ ਦੱਸਾਂ ਤੇ ਮੈਂ ਉਹਨਾਂ ਪਿੰਡ ਦੇ ਨੌਜਵਾਨਾਂ ਦੀ ਪ੍ਰੇਰਤਾ ਸਦਕਾ ਹੀ ਸਰਪੰਚੀ ਵੱਲੋਂ ਧਿਆਨ ਦਿੱਤਾ ਜਾਂ ਸਰਪੰਚ ਬਣਿਆ ਆਦਰਵਾਇਸ ਮੈਂ ਐਜੂਕੇਸ਼ਨ ਡਿਪਾਰਟਮੈਂਟ ਤੋਂ ਐਜੇ ਬੀਪੀ ਹੋ ਰਿਟਾਇਰ ਹੋਇਆ ਤੇ ਹੋ ਸਕਦਾ ਹੀ ਕਿ ਮੇਰਾ ਜਿਹੜਾ ਧਿਆਨ ਸੀ ਦੂਰ ਨਾ ਜਾਂਦਾ ਮੈਂ ਆਪਣੇ ਕਿਸੇ ਹੋਰ ਆਫਿਸ 'ਚ ਕੰਮ ਕਰਨ ਦੀ ਸੋਚਦਾ ਪਰ ਮੇਰੇ ਪਿੰਡ ਦੇ ਨੌਜਵਾਨ ਜਿੰਨੇ ਵੀ ਹੈਗੇ ਆ ਬਹੁਤ ਹੀ ਵਧੀਆ ਆ ਉਹਨਾਂ ਦੇ ਪੇੜ ਨਾਲ ਸਦਕਾ ਹੀ ਜਿਹੜੇ ਮੈਂ ਦੋ ਕੰਮ ਵੀ ਕੀਤੇ ਹੋਈ ਆ ਉਹਨਾਂ ਦੇ ਸਯੋਗ ਦੇ ਨਾਲ ਉਹਨਾਂ ਦੇ ਉਤਸ਼ਾਹ ਦੇ ਨਾਲ ਉਹਨਾਂ ਦੀ ਹੈਲਪ ਲੈ ਕੇ ਕੀਤੇ ਆ ਔਰ ਅੱਗੇ ਤੋਂ ਉਹ ਕਰਦੇ ਵੀ ਰਹਿਣਗੇ ਮੈਂ ਫੇਰ ਵੀ ਉਹਨਾਂ ਨੂੰ ਇਹੀ ਕਹਿਣਾ ਕਿ ਸਾਰਿਆਂ ਨੇ ਰਲ ਮਿਲ ਕੇ ਅਸੀਂ ਕੰਮ ਕਰਨਾ ਹੈ ਅੱਗੇ ਵੀ ਕਰ ਰਹੇ ਆ ਕਰ ਰਹੇ ਮੇਰੇ ਪਿੰਡ ਦੇ ਬੱਚੇ ਵੀ ਬਹੁਤ ਹੀ ਵਧੀਆ A1 ਬੱਚੇ ਹੈ ਠੀਕ ਹੈ ਜੀ ਅਸੀਂ ਗੱਲਬਾਤ ਕਰੀ ਸੀ ਪਿੰਡ ਸੈਦੋਵਾਲ ਦੇ ਸਰਪੰਚ ਸਾਹਿਬ ਕਮਲਜੀਤ ਦੇ ਨਾਲ ਤੇ ਬਹੁਤ ਵਧੀਆ ਲੱਗਾ ਸਰਦੇ ਨਾਲ ਗੱਲਬਾਤ ਕਰਕੇ ਅਸੀਂ ਵੀ ਗਵਰਨਮੈਂਟ ਨੂੰ ਇਹ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਵੱਤ ਤੋਂ ਵੱਤ ਗ੍ਰਾਂਟ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪਿੰਡ ਦਾ ਹੋਰ ਵਧੀਆ ਵਿਕਾਸ ਕਰ ਸਕਣ ਅਤੇ ਆਪਣੇ ਪਿੰਡ ਨੂੰ ਪੰਜਾਬ ਦਾ ਬਹੁਤ ਹੀ ਸੋਹਣਾ ਪਿੰਡ ਬਣਾ ਸਕਣ ਮੈਂ ਨਮਜੋਤ कौर ਕੈਮਰਾਮੈਨ ਅਮਰਜੀਤ ਦੇ ਨਾਲ ਫਿਰ ਮਿਲਾਂਗੇ ਨਵੇਂ ਪਿੰਡ 'ਚ ਸਤਿ ਸ਼੍ਰੀ ਅਕਾਲ ਜੀ